बार बस्ते के सरकार को भी देने का रहना था छोटे बच्चे बुजुर्ग वाई गुरु जी का खालसा वाई गुरु जी की फतेह प्रवान करो। मैं थोड़ा शुक्रगुजार है सब तो पहले तो मैं जी यूथ क्लब ऑफ ऑर्गेनाइजेशन वीर सारे उन्होंने सरदार बलदेव सिंह जी बूरे जी का प्रधान साहब चेयरमैन साहब जसवीर खान चेड़िया डॉक्टर मोहन सिंह जी खेलरा साहब अनिल कुमार जी जेड़े बैठे ने शर्मा जी प्रॉपर्टी का कम कर रहे भाई जी रणजीत सिंह गीतपाल थोड़ा सब का शुक्रगुजार है तुम मेरे गीतों को माँ की निकी डोली मेरे का प्यार दिता है समा गीत हो वीर रमाल दिल्ली के लाता और अनेक गीतों सो जुग जुग जीवे माता मान पंजाबी बोली का सो मैं सारी कमेटी का धन्यवादी है मैं भी पहली बार है ताली आपके नाते ला लो सो कीबोर्ड को थोड़े
Oh,
Thank you.
ਪਹਿਲਾਂ ਦੀ ਗੱਲ ਹੋਈ ਗੀਤ ਰਾਈ ਕੀ ਕਹਿੰਦੇ ਆ ਤੇ ਸਰਕਾਰ ਨੂੰ ਆਸਰ ਕਿਵੇਂ ਜਵਾਬ ਦਿੰਦੇ ਆ ਸੁਣ ਕੇ ਜਾਂਦੇ ਆ ਮੇਰਾ
Pero
ਸਾਰਾ ਤੁਸੀਂ ਇਹੋ ਜਿਹੇ ਮੌਜ ਲਈ ਜਿਹੜੇ ਸੁਣਦੇ ਲੋਕ ਕਹਿੰਦੇ ਲੋਕ ਫਰਕਾ ਦਰ ਕੇ ਜਿਹੜੇ ਪਰਨੇ ਇਹ ਗੱਲਾਂ ਤੁਸੀਂ ਤੁਹਾਡੀ ਤੁਹਾਡੀ ਹੀ ਗੱਲਾਂ ਤੁਹਾਡੇ ਤੇ ਕਰਾ ਜਾਂਦੀ ਹੈ ਸੋ ਅਗਲਾ ਗੀਤ ਮੈਂ ਤੁਹਾਡੇ ਤੇ ਕਰ ਲੱਗਿਆ ਸਾਡੇ ਉਧਰ ਕੈਨੇਡਾ ਵਿੱਚ ਟਰੱਕ ਡਰਾਈਵਰ ਮੇਰੇ ਭਰਾ ਇੱਥੇ ਮੇਰੇ ਚਲਾਉਂਦੇ ਹੋਣੇ ਹੈਗੇ ਬਾਈ ਟਰੱਕ ਵਾਲੇ ਹੈਗੇ ਆ ਵੈਰੀ ਗੁੱਡ ਦੈਟਸ ਵੈਰੀ ਗੁੱਡ ਕਰਦੇ ਬਾਈ ਹੋਣੇ ਅੱਛਾ ਅੱਛਾ ਟਰਾਂਸਪੋਰਟ ਹੈ ਸੋ ਆ ਸਮਝ ਲਓ ਮੇਰਾ ਟਰੱਕ ਹੀ ਆ ਮੈਂ ਡਰਾਈਵਰ ਸਟੀਅਰ ਗਿਆ ਤੇ ਗੇਅਰ ਬੋਲ ਲੱਗੇ ਆ ਬਾਬਾ ਜੀ ਕਿਸੇ ਡਰਾਈਵਰ ਨੂੰ ਕਹਿੰਦੇ 33 ਵਾਰ ਲੱਗੇ ਜੇ ਡਰਾਈਵਰ ਬਚ ਗਿਆ ਸਮਝ ਲਓ ਸਾਰੇ ਬਚ ਗਏ ਅੱਜ ਕੱਲ੍ਹ ਗੱਡੀ ਸਾਰੇ ਚਲਾਉਂਦੇ ਨੇ ਪੈਰਾਂ ਤੇ ਲਾਉਂਦੀ ਹੈ ਜੇ ਡਰਾਈਵਰ ਸੇਫ ਆ ਸਮਝ ਲਓ ਸਾਰੇ ਸੇਫ ਸੋ ਕਿਹੋ ਜਿਹੀ ਗੀਤ ਤੁਹਾਨੂੰ ਦਿੱਤਾ ਲੱਗੇ ਬਾਬਾ ਜੀ ਕਿਸੇ ਡਰਾਈਵਰ ਨੂੰ 33 ਵਾਰ ਲੱਗੇ ਪਹਿਲਾਂ ਗੇਅਰ ਪਾ ਗਿਆ ਪਰ ਆਟੋ ਲੱਗ ਗਿਆ ਜੇ ਵੀ ਤਾਂ ਗੇਅਰ ਸਾਫ ਠੀਕ ਹੁੰਦਾ ਹੋ ਜਾਣ ਤਾਂ ਅੱਜ ਗੱਡੀ ਕਿਉਂ ਲਾ ਰਹੇ ਮੇਰਾ ਵੀਰ ਉਹਨਾਂ ਦਾ ਗੀਤ ਤੁਸੀਂ ਬੜੀ ਜਲਦੀ ਰਿਕਾਰਡ ਕਰਵਾ ਰਹੇ ਆ ਛੋਟੇ ਵੀਰ ਨਾਮ ਹੈ ਗਾਣਾ ਜੀ ਹੋ ਗਿਆ ਯਾਰ ਗਿੰਦੂ ਜੀ ਇਹ ਬਾਣੀ ਸੋ ਬਹੁਤ ਪਿਆਰਾ ਵੀ ਲਿਖਦਾ ਹੋ ਜਾਣ ਤਾਂ ਐਵਰੀ ਗੱਡੀਆਂ ਬਾਰੇ ਤੇ ਛੋਟੀਆਂ ਬਾਰੇ ਵੱਡੀਆਂ
ਜੁਗ ਜੁਗ ਜੀ ਮੈਂ ਮਾਨ ਮਾਨ ਪੰਜਾਬੀ ਬੋਲੀ ਦਾ ਵਾਕੇ ਗਿਲ ਹਦੀਬ ਸਾਹਿਬ ਕਿਆ ਬਾਤ ਹੈ ਕਹਿੰਦੇ ਨੇ ਸਭ ਦੀ ਸਾਂਝੀ ਇੱਜ਼ਤ ਹੁੰਦੀਆਂ ਧੀਆਂ ਪਿੰਡਦੀਆਂ ਇਹਨਾਂ ਬੱਚਿਆਂ ਦੇ ਨਾਲ ਸੋਧੀਆਂ ਲੋਕੋ ਵੀਹਾਂ ਪਿੰਡਦੀਆਂ ਵਧੇ ਫੁੱਲੇ ਪਿੰਡ ਸਾਡਾ ਰੱਬ ਤੋਂ ਮੰਗਦੀਆਂ ਬੁੱਢੀਆਂ ਮਾਵਾਂ ਪਿੰਡਾਂ ਦੀ ਰੌਣਕ ਹੁੰਦੇ ਨੇ ਸੱਤ ਬਾਬੇ ਮੋੜ ਦੀਆਂ ਸ਼ਾਨਾਂ ਐਸੀ ਹੀ ਆਵਾਜ਼ ਪੰਜਾਬ ਦੀ ਆਵਾਜ਼ ਹੈ ਜੋ ਅੱਜ ਤੁਹਾਡੇ ਰੂਬਰੂ ਹੋਈ ਹੈ ਵਾਕਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿਚਕਾਰ ਇਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਇਕਬਾਲ ਕੌਰ ਖੇਲਾ ਜੀ ਆਵਾਜ਼ ਅਸਤਰੀਆ ਦੇ ਸੀਓ ਸਾਹਿਬ ਸਾਡੇ ਵਿਚਕਾਰ ਬਿਰਾਜਮਾਨ ਨੇ ਜੀ ਆਪਣੀ ਪੂਰੀ ਟੀਮ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਲਾਈਵ ਦੇਖ ਰਹੇ ਹੋ ਅਸਤਰੀਆ ਜੋ ਕਿ ਆਵਾਜ਼ ਪੰਜਾਬ ਦੀ ਚੈਨਲ ਹੈ ਉਸਦਾ ਐਪ ਹੈ ਤੁਸੀਂ ਫੋਨ ਕਰਕੇ ਵੀ ਦੱਸ ਸਕਦੇ ਹੋ ਹੁਣੇ ਵੀ ਲਾਈਵ ਚੱਲ ਰਿਹਾ ਕਿਤੇ ਵੀ ਦੱਸ ਸਕਦੇ ਹੋ ਇੰਡੀਆ ਦੇ ਵੀ ਦੱਸ ਸਕਦੇ ਪੂਰੇ ਵਰਲਡ ਦੇ ਵਿੱਚ ਲਾਈਵ ਜੋ ਪ੍ਰੋਗਰਾਮ ਹੈ ਦਿਖਾਇਆ ਜਾ ਰਿਹਾ ਹੈ ਅੱਗੇ ਵਾਸਤੇ ਵੀ ਇਹ ਐਪ ਹੈ ਜਿਹੜਾ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਰੋ ਦੁਬਾਰਾ ਫਿਰ ਤੁਹਾਡੇ ਰੂਬਰੂ ਹਾਂਜੀ ਭਾਈ ਜੀ ਹਾਂਜੀ ਵਾਪਸ ਕੇ ਥੋੜੇ ਨਾ ਕੋਈ ਗੱਲ ਕੋਈ ਗੱਲ ਨਹੀਂ ਮੇਰੇ ਥੋੜੀ ਗੱਲ ਜਾਓ ਸਰਦਾਰ ਜੀ ਦਾ ਨਾਮ ਤਾਂ ਲੱਗ ਮੇਰੇ ਵੀਰਾਂ ਦੇ ਦਿੱਲੀ ਦਾ ਇਹੋ ਜਿਹੇ ਮੌਤ ਸੀ ਇਹੋ ਜਿਹੇ ਫੇਰ ਸਹਿਰ ਤੋਂ ਸਹਿਰ ਤੱਕ ਪਸੇ ਆਪਣਾ ਆਪਦੇ ਵਿਸ਼ਾ ਪੰਜਾਬ ਦਾ ਦੋ ਮੁਲਕ ਦੀ ਵੰਡ ਨਹੀਂ ਹੋਈ ਅਸਲ ਚ ਪੰਜਾਬ ਵੰਡਿਆ ਗਿਆ ਹੋਰ ਕਿਸੇ ਬਾਅਦ ਸਾਡੇ ਨਾਲ ਸਾਨੂੰ ਬਾਅਦ ਆਇਆ ਪਰ ਪੰਜਾਬ ਵਾਲੇ ਬੋਲਾ ਪੰਜਾਬ ਨੂੰ ਸੋ ਮਿੱਤਰਾਂ ਦੀ ਖੁਸ਼ਹਾਲੀ ਨਿਕਲੀ ਵਾਲੇ ਭਾਵਾਂ ਦੀ ਇੱਕ ਸਾਈਟ ਤੋਂ ਆਪਣੇ ਕੋਲ ਵਿਜ਼ਿਟ ਕਰਦਾ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੇਲਾ ਕੀ ਹੋਇਆ ਮੈਂ ਪੱਟੀ ਭੜੀਵਾਲ ਸਾਹਿਬ ਦੇ ਜਿਹੜੇ ਕਈ ਘਰਾਂ ਦੇ ਉਹਨਾਂ ਦੇ ਕਿਉਂਕਿ ਮੈਂ ਪਹਿਲੀ ਵਾਰ ਇੱਥੇ ਆਇਆ ਬਲਦੇਵ ਸਿੰਘ ਪੂਰੇ ਜਿੱਟਾਂ ਦੇ ਸਾਹਿਬ ਹੋ ਗਿਆ ਫਿਰ ਹੋਰ ਤੁਹਾਡੇ ਦਰਸ਼ਨ ਹੋਏ ਆ ਇਸ ਕਰਕੇ ਇੱਥੇ ਪਹੁੰਚੇ ਆ ਮੈਂ ਪੱਟੀ ਭੜੀ ਸਾਹਿਬ ਪੰਜਾਬ ਕਮੇਟੀ ਨੂੰ ਯਾਦ ਕਰਦੇ ਸਾਹਿਬ ਬਹੁਤ ਸੋ ਦਿੱਲੀ ਮਿਲਾਓ ਤੁਹਾਡੇ ਨਾਲ ਮਿਹਰਬਾਨੀ
ਧੰਨਵਾਦ ਦੂਜਾ ਕਾਲਾ ਭਾਈ ਜੀ ਇਸ ਗੀਤ ਨੂੰ ਤੁਸੀਂ ਇਹ ਨਹੀਂ ਮੱਤ ਦਿੱਤੀ ਹੈ ਮੈਂ ਹਾਲਾਂਕਿ ਵੱਡੇ ਚੈਨਲ ਤੇ ਨਹੀਂ ਚੱਲਿਆ ਜਿਹੜਾ ਗਾਣਾ ਮੈਂ ਹੁਣ ਲਗਾਇਆ ਤੁਹਾਡੇ ਪਿਆਰ ਸੁਣਦਾ ਹੈ ਗਾਣਾ ਸੁਪਰ ਡੁਪਰ ਇੰਡੀਆ ਦੀ ਸਾਰੇ ਦੁਨੀਆ ਛਾਇਆ ਧਰਤੀ ਹਵਾ ਦੇ ਪਾਣੀ ਮਧਿਆ ਤਿੰਨੇ ਗੱਲੇ ਕਰ ਮੱਖਣ ਪ੍ਰਾਣ ਸਾਹਿਬ ਪਲੇਟ ਦੇ ਵਿੱਚ ਟਮਾਟਰ ਖੀਰਾ ਲੈ ਕੇ ਕੁੜੀ ਬਹਿ ਗਿਆ ਜਦੋਂ ਕੱਟਿਆ ਕਹਿੰਦੇ ਗਾਣਾ ਉੱਥੇ ਸ਼ੁਰੂ ਹੋਇਆ ਬਈ ਧਰਤੀ ਨੇ ਸਾਨੂੰ ਕੈਸੇ ਨਿਆ ਨਿਹਤਾਂ ਕਿੰਨੀਆਂ ਵੱਡੀਆਂ ਚੀਜ਼ਾਂ ਦਿੱਤੀਆਂ ਪਰ ਉਸ ਧਰਤੀ ਦਾ ਪੰਜਾਬ 'ਚ ਖਾਸ ਤੌਰ 'ਤੇ ਅਸੀਂ ਕੀ ਹਾਲ ਕੀਤਾ ਹੁਣ ਇਹ ਕਰ ਲੱਗੇ ਹਾਂ ਉਹ ਚਿੱਟੀ ਮੂਲੀ ਲਾਲ ਟਮਾਟਰ ਹਰੇ ਰੰਗ ਦੇ ਖੀਰੇ ਖੁੱਲ੍ਹ ਕੇ ਸਾਰੇ ਲਓ
ਸਪੈਸ਼ਲ ਤੁਹਾਡੇ ਨਾਲ ਗੱਲ ਕਰਨਾ ਖਾਸ ਤੌਰ ਤੇ ਤੁਹਾਡਾ ਮੰਨਿਆ ਬਗੈਰ ਤੇ ਜ਼ਿੰਦਗੀ ਗੁਜ਼ਰ ਜੂ ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਤੁਹਾਡੀ ਨਜ਼ਰ ਕੱਲ ਗਈ ਹੈ ਬੁੱਕਣ ਵਾਲਾ ਅੰਦਰੋਂ ਤਾਂ ਲਿਖਿਆ ਗੀਤ ਹੈ ਪਹਿਲਾਂ ਕੱਲ
Por Dios, Dios, por Dios, 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 Dios
ਇੱਧਰ ਆ ਜਾ ਮੁੰਡੇ ਮਾਂ ਕਾ ਕਿੱਦਾਂ ਕੁੜੀ ਰਹੇ ਇਹ ਰਿਕੀਟਰ ਜਿਹਾ ਸੈੱਟ ਹੁੰਦਾ